उसे सुन रहे हो चावला न्यूज नेटवर्क टोरंटो CNN टोरंटो। जॉर्ज साहब अ वेरी वेरी गुड मॉर्निंग जी, सत श्री अकाल। हाँ जी सत श्री अकाल, बहुत धन्यवाद अपने सारे श्रोता दर्शकों जी। जून महीने की 29 तरीक 2022 ते अज अलविदा ऑलमोस्ट कहन जा रहे हैं जी जून दे महीने नू। कल का दिन बाकी है, देखो जी 180वें दिन आ गए हैं, 365 दे विचों 2022 इस साल चल रहे हैं ते अपन देखिया पिछले दिनों दे दौरान काफी ਧੁੱਪਾਂ ਮਾਣੀਆਂ ਨੇ ਤੇ ਆਪਾਂ ਦੇਖ ਰਹੇ ਹਾਂ ਕਿ ਜੀਵਨ ਅਰਸ਼ ਇਸ ਤਰ੍ਹਾਂ ਹੀ ਚੱਲਦਾ ਕਿ ਹੁਣ ਅੱਜ ਦੇਖੋ ਵੀ ਚਾਰੇ ਪਾਸੇ ਬੱਦਲ ਛਾਏ ਹੈ ਪਰ ਇਹਨਾਂ ਦੀ ਲੋੜ ਵੀ ਸੀ ਕਿਤੇ ਕਿਤੇ ਛੇਟ ਪੁੱਟ ਜਿਹੜੀ ਆ ਉਹ ਵਰਖਾ ਹੋ ਸਕਦੀ ਹੈ, ਪਰ ਕੱਲ੍ਹ ਤੋਂ ਅੱਗੇ ਚੱਲ ਕੇ ਫੇਰ ਗਰਮੀ ਵਧਣ ਤੇ ਧੁੱਪ ਲੱਗਣ ਦੀ ਹੈ ਸੰਭਾਵਨਾ ਜੀ। ਸੋ ਜ਼ਿੰਦਗੀ ਦੇ ਵਿੱਚ ਇਹ ਮੌਸਮ ਹੈ ਜੀ, ਕਦੇ ਧੁੱਪ ਤੇ ਕਦੇ ਛਾਂ, ਸੋ ਅੱਜ ਸ਼ਾਮ ਵਾਲਾ ਦਿਨ ਲੱਗਦਾ ਔਰ ਸ਼ਾਮ ਵਾਲਾ ਦਿਨ ਵੀ ਹੈ ਔਰ ਥੋੜ੍ਹਾ ਜਿਹਾ ਕਹਿ ਲਓ ਕਿ ਸਾਨੂੰ ਵੀ ਥੋੜ੍ਹੀ ਜਿਹੀ ਠੰਡਕ ਮਹਿਸੂਸ ਹੋਵੇਗੀ ਜੋ ਗੈਸ ਦੇ ਪ੍ਰਾਈਸਿਸ ਐਟਲੀਸਟ ਫਰਾਈਡੇ ਵਾਲੇ ਦਿਨ 5.7 ਸੈਂਟਸ ਪਰ ਲੀਟਰ ਚੀਪਰ ਹੋਣਗੇ ਜੀ ਓਨਟਾਰੀਓ ਡੇ ਦੇ ਵਿੱਚ। ਸੋ ਦੈਟ ਇਜ਼ ਔਨ ਕੈਨੇਡਾ ਡੇ, ਵਾਓ। ਓ ਯੈਸ ਸਰ, ਇਸ ਤਰ੍ਹਾਂ ਦਾ ਸੀ ਨਾ ਇਹ ਲੌਂਗ ਅਵੇਟਡ ਕਲੋ ਕਿ ਜਿਹੜਾ ਲਾਸਟ 2018 ਵਾਲੀ ਇਲੈਕਸ਼ਨ ਦੇ ਵਿੱਚ ਪ੍ਰੋਵਿੰਸ਼ੀਅਲ ਗਵਰਨਮੈਂਟ ਦਾ ਪ੍ਰੋਮਿਸ ਸੀਗਾ ਵੀ ਅਸੀਂ ਇਦਾਂ ਕਰਾਂਗੇ 10 ਸੈਂਟ ਦਾ ਰਿਲੀਫ ਦੇਵਾਂਗੇ, ਉਦੋਂ ਕਦਰ ਜੀ ਵੀ ਸੀਗਾ ਜੀ ਡਾਲਰ ਦੇ ਆਸ ਪਾਸ ਪ੍ਰਾਈਸ ਇੱਕ ਲੀਟਰ ਦੀ, ਉਹ ਹੋਣ ਤੋਂ ਹੋ ਤਾਂ ਗਈ $2 ਦੀ। ਉਸ ਹਿਸਾਬ ਨਾਲ ਤੇ ਵੈਸੇ ਜਿਹੜਾ ਰਿਲੀਫ ਆ ਜੇ ਉਹ ਦੇਣਾ ਚਾਹੁਣ ਤੇ 20 ਸੈਂਟ ਆਲਰੇਡੀ ਦੇਣਾ ਚਾਹੀਦਾ, ਪਰ ਕੁੱਲ ਮਿਲਾ ਕੇ ਕਿਉਂਕਿ ਉਹਨਾਂ ਨੇ ਜਿਹੜਾ ਜੀ 5 ਰਿਲੀਫ ਜਿਹੜਾ ਪਹਿਲਾਂ ਦੇ ਦਿੱਤਾ ਸੀ ਉਹਦੇ ਵਿੱਚੋਂ ਬਚਦਾ 10 ਵਾਲੇ ਪ੍ਰੋਮਿਸ ਦੇ ਵਿੱਚੋਂ 5.6 ਆ ਜਿਹੜੇ ਲਗਭਗ ਵੀ ਉਹ ਹੁਣ ਕਿਉਂਕਿ ਇਲੈਕਸ਼ਨ ਜਿੱਤ ਲੀ ਗਈ ਹੈ ਡਗ ਫੋਰਡ ਹੋਣਾ ਵੱਲੋਂ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਵੱਲੋਂ, ਤੇ ਬਜਟ ਜਿਹੜਾ ਜੀ ਉਹਦੇ ਵਿੱਚ ਆਲਰੇਡੀ ਉਹਨਾਂ ਨੇ ਜਿਹੜਾ ਡਰਾਫਟ ਪੇਸ਼ ਕੀਤਾ ਸੀਗਾ ਉਸ ਦੇ ਵਿੱਚ ਰਿਲੀਫ ਦੇਣ ਲੱਗ ਪਈ। ਕਿਹਾ ਗਿਆ ਸੀਗਾ ਕਿ ਜੁਲਾਈ ਤੋਂ ਪਹਿਲੀ ਤੋਂ ਸ਼ੁਰੂ ਹੋ ਜਾਣਾ ਤੇ ਜੁਲਾਈ ਪਹਿਲੀ ਫਿਰ ਕੈਨੇਡਾ ਦੇ ਆਪਾਂ ਦੇਖ ਰਹੇ ਹਾਂ ਜੀ ਵੀ ਇਹ ਫਰਾਈਡੇ ਤੋਂ ਸ਼ੁਰੂ ਹੈ। ਸੋ ਉਸ ਦਿਨ ਜਿਹੜਾ ਜੀ ਫਿਰ ਇਹ 5.6 ਪਰ ਲੀਟਰ ਐਟਲੀਸਟ ਜਿਹੜੀ ਆ ਗੈਸ ਦੀ ਪ੍ਰਾਈਸ ਇੱਥੇ ਓਨਟਾਰੀਓ ਦੇ ਵਿੱਚ ਘਟੇਗੀ। ਸ਼ੁਕਰ ਸ਼ੁਕਰ ਤੇ ਇੰਨਾ ਲੋਕ ਹੁਣ ਇਸ ਤਰ੍ਹਾਂ ਅੱਕ ਚੁੱਕੇ ਆ ਜੋਲ ਸਾਹਿਬ, ਹੁਣ ਜਿਹਨਾਂ ਜਿਹਨਾਂ ਨੇ ਚਲੋ ਭਲਿਆ ਜ਼ਮਾਨੇ ਦੇ ਵਿੱਚ ਵਧੀਆ ਵਧੀਆ ਗੱਡੀਆਂ ਲਿੱਤੀਆਂ, ਚਲੋ ਲਿੱਤੀਆਂ ਤਾਂ ਸੀ ਬਟ ਐਕਚੁਲੀ ਦੁੱਖ ਲੱਗਦਾ ਕਿ $2-3 ਹਰ ਤੀਜੇ ਚੌਥੇ ਦਿਨ ਲੱਗਦਾ ਗੱਡੀਆਂ ਦੇ ਵਿੱਚ ਜਿਹੜੇ V8 V12 ਇੰਜਨਸ ਨੇ। ਤੋ ਸਪੈਸ਼ਲੀ ਚਲੋ ਆਪਾਂ ਦਾ ਛੋਟੀਆਂ ਗੱਡੀਆਂ ਵਾਲੇ ਜਿਹੜੇ 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 ਜਿਹਨਾਂ ਦੀ ਰੈਂਟਲਸ ਨੇ ਜਾਂ ਵੱਡੇ ਵੱਡੇ ਜਿਹੜੇ ਯੂ ਹਾਲਸ ਨੇ ਵੱਡੇ ਵੱਡੇ ਕੰਪਨੀਆਂ ਨੇ, ਕਾਫੀ ਇਫੈਕਟ ਹੁੰਦਾ ਜੀ ਇਸ ਦੇ ਵਿੱਚ ਬਹੁਤ ਵੱਡਾ। ਦੇਖੋ ਇਸ ਤਰ੍ਹਾਂ ਦੇ ਸਮਾਲ ਬਿਜ਼ਨਸ ਖਾਸ ਤੌਰ ਯੈਸ ਹੁਣ ਓਦਾਂ ਵੀ ਇਨ ਜਨਰਲ ਵੀ ਪਬਲਿਕ ਜਾਣੀ ਇੰਨੀ ਕੁ ਪਿਸ ਗਈ ਆ ਮਹਿੰਗਾਈ ਦੇ ਵਿੱਚ, ਜਿੱਥੇ ਜਾਓ ਚੀਜ਼ਾਂ ਨੂੰ ਹੱਥ ਨਹੀਂ ਲੱਗਦਾ ਪ੍ਰਾਈਸਿਸ ਤੇ, ਉਸ ਕਰਕੇ ਜੀ ਵੀ ਲੋਕ ਇਸ ਵੇਲੇ ਸੇਵਿੰਗਸ ਕਿਉਂਕਿ ਖਰਚਣ ਦੀ ਇੰਨੀ ਕਪੈਸਿਟੀ ਨਹੀਂ ਆ, 70% ਦੇ ਕਰੀਬ ਜਿਹੜੇ ਜੀ ਇਪਸੋਸ ਦਾ ਨਵਾਂ ਪੋਲ ਆਇਆ ਸੀ ਅਰਸ਼, ਉਹਨਾਂ ਨੇ ਸਰਵੇ ਕੀਤਾ ਸੀਗਾ ਤੇ 70% ਤੱਕ ਜਿਹੜੇ ਲੋਕ ਆ ਡਰਾਈਵਰਸ ਆ ਵੀ ਉਹ ਸੋਚਦੇ ਆ ਜਾਂ ਘੱਟ ਡਰਾਈਵ ਕਰਦੇ ਆ ਵੀ ਰਹਿਣ ਦਿਓ ਗੱਡੀ ਖੜੀ ਹੈ ਨਾ ਵੀ ਤੇਲ ਬਿਲਕੁਲ 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 ਹੈ ਨਾ ਵੀ ਉਹ ਅਫੋਰਡ ਹੀ ਨਹੀਂ ਜਾਣੀ ਕਿ ਇੰਨਾ ਜਿਹੜਾ ਉਹ ਮਹਿੰਗੀ ਗੈਸ ਕਰ ਪਾ ਰਹੇ। ਇਹਦੇ ਨਾਲੇ ਤੇ ਇੱਥੇ ਆਮ ਹੁੰਦਾ ਸੀਗਾ ਵੀ ਜਦੋਂ ਟੈਂਕੀ ਭਰ ਕੇ ਹੀ ਤੁਰਨਾ ਹਨਾ, ਵੀ ਕਦੀ ਥੋੜੀ ਬਹੁਤਾ ਨਹੀਂ। ਜਿੱਦਾਂ ਹੁਣ ਪੰਜਾਬ ਭਾਰਤ ਵਿੱਚ ਅਕਸਰ ਆਪਾਂ ਦੇਖਦੇ ਸੀ ਨਾ ਅਰਸ਼, ਪੈਟਰੋਲ ਪਾਉਣ ਕੋਈ ਮੋਟਰਸਾਈਕਲ ਵਾਲੇ ਆਏ ਆਪਣੀ ਅਫੋਰਡੇਬਿਲਿਟੀ ਆ ਆ 50 ਰੁਪਏ ਦਾ ਪਾ ਦਿਓ ਜੀ ਹਨਾ, ਉੱਥੇ ਦੇਖਣਾ ਕਈ ਵਾਰੀ ਖੜ ਕੇ ਵੀ ਟੈਂਕੀ ਨੀ ਕੋਈ ਭਰਾਉਂਦੇ ਹਨਾ, ਵੀ ਆ 100 ਰੁਪਏ ਦਾ ਪਾ ਦਿਓ ਜੀ। ਹੁਣ ਦੇਖਦੇ ਹਾਂ ਵੀ ਆਪਣੇ ਵੀ ਇੱਥੇ ਭੈਣ ਭਰਾ ਆਪੋ ਆਪਣੀ ਹੁਣ ਜੇਬ ਕ੍ਰੈਡਿਟ ਕਾਰਡ ਸਮਰੱਥਾ ਤੇ ਟੈਂਕੀ ਉਣੀ ਰੱਖ ਕੇ ਚੱਲਿਆ ਜਾਂਦਾ, ਟੈਂਕੀ ਭਰਾਉਣ ਦੀ ਸਮਰੱਥਾ ਹੀ ਰਹੀ ਬਹੁਤ ਸਾਰੇ ਲੋਕਾਂ ਦੇ ਕੋਲ। ਸੋ ਇਹਦੇ ਨਾਲ ਹੀ ਜਿਹੜਾ ਤੁਸੀਂ ਵੱਡੀਆਂ ਗੱਲਾਂ ਗੱਡੀਆਂ ਦੀ ਗੱਲ ਕਰਦੇ ਹੋ, ਹੁਣ ਲੋਕਾਂ ਦੀ ਇਹ ਧਿਆਨ ਜਾ ਰਿਹਾ ਵੀ ਛੋਟੀਆਂ ਹੀ ਗੱਡੀਆਂ ਰੱਖੋ ਭਾਈ, ਜਿਹਨਾਂ ਦੇ ਵਿੱਚ ਤੇਲ ਜਿਹੜਾ ਜੀ ਵੀ ਉਹ ਘੱਟ ਪਵੇ। ਸੋ ਉਸ ਲਿਹਾਜ਼ ਨਾਲ ਮੋਰ ਐਂਡ ਮੋਰ ਜਿਹੜੇ ਪੀਪਲ ਆ ਵੀ ਉਹ ਅਵੇਅਰ ਹੋ ਰਹੇ ਆ ਗੱਡੀਆਂ ਖਰੀਦਣ ਬਾਰੇ, ਜਾਂ ਫਿਰ EVM ਆ ਜਿਹੜੀ EV ਆ ਕਹ ਲਓ ਕਿ ਇਲੈਕਟ੍ਰੋਨਿਕ ਵਹੀਕਲ, ਇਹ ਤਾਂ ਬਹੁਤ ਸਾਰੇ ਲੋਕਾਂ ਦੇ ਲਈ ਅਜੇ ਐਕਸਪੈਂਸਿਵ ਆ ਨਾ ਜੀ, ਉਹਨਾਂ ਦੀ ਪਹੁੰਚ ਵਿੱਚ ਨਹੀਂ, ਇਹਨੂੰ ਸਸਤੇ ਹੋਣ ਨੂੰ ਅਜੇ 2-3 ਸਾਲ ਲੱਗ ਜਾਣੇ ਜਦੋਂ ਤੱਕ ਸਪਲਾਈ ਆਊਗੀ, ਜਾਣੀ ਇਹਨਾਂ ਦੀ ਡਿਮਾਂਡ ਕਿਉਂਕਿ ਅਜੇ ਵੱਧ ਹੋਣ ਕਰਕੇ ਸਪਲਾਈ ਘੱਟ ਹੋਣ ਕਰਕੇ ਪ੍ਰਾਈਸ ਉਹ ਡੀਜ਼ਲ ਗੱਡੀ ਵਾਂਗੂ, ਜੇ ਡੀਜ਼ਲ ਸਸਤਾ ਸੀਗਾ ਤੇ ਉਹ ਗੱਡੀ ਦੀ ਪ੍ਰਾਈਸ ਹੀ 1 ਲੱਖ ਰੁਪਿਆ ਜ਼ਿਆਦਾ ਸੀਗੀ। ਇਹ ਹੁਣ ਜੇ EV ਪਈ ਇਹਦੇ ਵਿੱਚ ਤੇਲ ਨਹੀਂ ਪੈਂਦਾ ਗਵਰਨਮੈਂਟਸ ਆ ਜਿਹੜੀਆਂ ਵੀ ਨਹੀਂ ਦਿੰਦੀਆਂ ਰਿਲੀਫ ਹੋਰ ਲੋਕਾਂ ਨੂੰ ਤੇ ਕਾਫੀ ਔਖਿਆ ਹੀ ਆ, ਖਾਸ ਤੌਰ ਤੇ ਹਰ ਏਜ ਗਰੁੱਪ ਇਹਦੇ ਵਿੱਚ ਯੰਗਸਟਰਸ ਆ, ਇਹਦੇ ਵਿੱਚ ਫੈਮਿਲੀਜ਼ ਆ, ਹਰ ਏਜ ਗਰੁੱਪ ਦੇ ਲੋਕ ਆ ਜਿਹੜੇ ਜੀ ਇਸ ਵੇਲੇ ਗੈਸ
ਤੇ ਕੁੱਲ ਮਿਲਾ ਕੇ ਜਿਹੜੀਆਂ ਨਿਤ ਦਿਨ ਦੀਆਂ ਇਹ ਵਰਤੋਂ ਦੀਆਂ ਵਸੋਂ ਆਪਣੀਆਂ ਚੀਜ਼ਾਂ ਹੈਗੀਆਂ ਸਟੋਰਾਂ ਦੇ ਵਿੱਚੋਂ ਖਰੀਦਣੀਆਂ ਉਹਦੀ ਮਹਿੰਗਾਈ ਕਰਕੇ ਕਾਫੀ ਪੀੜਤ ਹੈ ਜੀ। ਕੈਨੇਡਾ ਦੀ ਫੈਡਰਲ ਗਵਰਨਮੈਂਟ ਨੂੰ ਥੋੜਾ ਜਿਹਾ ਕਹਿੰਦੋ ਕਿ ਹੋਰ ਟਾਈਮ ਚਾਹੀਦਾ ਜੀ ਟੂ ਵੇਵ ਜਾਂ ਮਾਫ ਕਰਨ ਲਈ ਸਿਟੀਜ਼ਨਸ਼ਿਪ ਦੇ ਫੀਸ। ਤਕਰੀਬਨ $630 ਇੱਕ ਬੰਦਾ ਪੇ ਕਰਦਾ ਜੀ ਸਿਟੀਜ਼ਨਸ਼ਿਪ ਦੀ ਫੀਸ ਲਈ, ਅਤੇ ਮੰਗ ਕੀਤੀ ਗਈ ਹੈ ਜੀ ਪ੍ਰਾਈਮ ਮਿਨਿਸਟਰ ਅਸੀਂ IRCC ਦੇ ਮਿਨਿਸਟਰ ਜੌਨ ਫਰੇਜ਼ਰ ਤੋਂ ਕਿ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੂੰ ਪੁੱਛਿਆ ਗਿਆ ਕਿ ਇੱਕ ਨਵੇਂ ਮੈਂਡੇਟ ਦੇ ਵਿੱਚ ਕਿ ਇਹ ਫੀਸ ਨੂੰ ਰੱਦ ਕੀਤਾ ਜਾਵੇ। ਅਰਸ਼ ਇਸ ਤਰ੍ਹਾਂ ਵੀ ਇਹ ਵਾਅਦਾ ਇਲੈਕਸ਼ਨਾਂ ਦੇ ਵਿੱਚ ਕਰੀ ਆਉਂਦੇ ਆ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਤੇ, ਪਰ ਇਹ ਮਾਫ ਕੀਤੀ ਨਹੀਂ ਜਾਂਦੀ 2015 ਤੋਂ ਬਾਅਦ ਹੀ, ਜਾਣੀ ਕਿ ਇਹ ਕਹਿ ਲਓ ਵੀ ਗਿੱਲਾ ਜਿਹਾ ਪੀਣੀ ਹੈ ਜਿਹੜਾ ਅਜੇ ਛੱਟੀ ਤੁਰੇ ਜਾ ਰਹੇ ਆ ਵੀ ਮਤਲਬ ਛੱਟ ਨਹੀਂ ਹੋ ਰਿਹਾ। ਇੱਥੋਂ ਤੱਕ ਅਹਿਮਦ ਹਸਨ ਤੱਕ ਜਾਣੀ ਰਹਿ ਚੁੱਕੇ ਇਮੀਗ੍ਰੇਸ਼ਨ ਦੇ, ਉਹਨਾਂ ਦੇ ਨਾਲ ਵੀ ਜਿਹੜਾ ਜੀ ਵੀ ਅਸੀਂ ਇਹ ਡਿਸਕਸ ਆ ਇਹ ਬਕਾਇਦਾ ਤੌਰ ਤੇ ਕਰਦੇ ਰਹੇ ਆ। ਕੀਤੀ ਵੀ ਸੀ ਇੰਟਰਵਿਊ ਜੋਲ ਸਾਹਿਬ, ਰਿਮੈਂਬਰ ਬਹੁਤ ਟਾਈਮ ਪਹਿਲੋਂ ਕੀਤੀ ਸੀ ਆਪਾਂ। ਯਾ ਹਾਂ, ਉਹਨਾਂ ਨੇ ਤੇ ਫਿਰ ਪੱਲਾ ਹੀ ਝਾੜ ਦਿੱਤਾ ਸੀਗਾ ਵੀ ਨਹੀਂ ਜੀ ਇਹ ਜਿਹੜੀ ਬਹੁਤੀ ਜ਼ਿਆਦਾ ਫੀਸ ਨਹੀਂ ਹੈਗੀ। ਹੁਣ ਤੁਸੀਂ ਦੱਸੋ $530 ਪਲੱਸ $100 ਕੁੱਲ ਮਿਲਾ ਕੇ $630, ਤੇ ਅਹਿਮਦ ਹਸਨ ਸਾਹਿਬ ਨੇ ਸਾਨੂੰ ਕਿਹਾ ਸੀਗਾ ਵੀ ਇਹ ਕੋਈ ਬਹੁਤੇ ਜ਼ਿਆਦਾ ਨਹੀਂ ਹੈਗੇ ਕੈਨੇਡੀਅਨ ਸਿਟੀਜ਼ਨਸ਼ਿਪ ਦੀ ਜੇ ਵੈਲਿਊ ਨੂੰ ਸਮਝਿਆ ਜਾਵੇ ਤੇ, ਹਨਾ। ਤੇ ਹੁਣ ਮਤਲਬ ਇਸ ਤਰੀਕੇ ਦੇ ਨਾਲ ਤੁਸੀਂ ਦੇਖੋ ਵੀ ਇਹ ਸੀਨ ਫਰੇਜ਼ਰ ਆ ਜਿਹੜੇ ਹੁਣ ਇਸੇ ਸਵਾਲ ਦੇ ਜਵਾਬ ਵਿੱਚ ਉਹ ਕਹਿੰਦੇ ਆ ਵੀ ਹਜੇ ਸਰਕਾਰ ਨੂੰ ਹੋਰ ਟਾਈਮ ਚਾਹੀਦਾ ਜੀ। ਉਹ ਹੁਣ ਇਨਕਾਰ ਤਾਂ ਨਹੀਂ ਕਰ ਸਕਦੇ ਵੀ ਸਿਟੀਜ਼ਨਸ਼ਿਪ ਦੀ ਫੀ ਅਸੀਂ ਨਹੀਂ ਵੇਵ ਕਰਾਂਗੇ, ਨਹੀਂ ਮੁਆਫ ਕਰਾਂਗੇ, ਨਹੀਂ ਹਟਾਵਾਂਗੇ, ਕਿਉਂਕਿ ਪਿਛਲੇ ਸਾਲ ਪ੍ਰਾਈਮ ਮਿਨਿਸਟਰ ਨੇ ਜਿਹੜਾ ਆਪਣਾ ਨਵਾਂ ਮੈਂਡੇਟ ਲੈਟਰ ਆਪਾਂ ਡਿਸਕਸ ਕੀਤਾ ਸੀ ਇਸ ਪ੍ਰੋਗਰਾਮ ਦੇ ਵਿੱਚ, ਉਹਦੇ ਵਿੱਚ ਲਿਖਿਆ ਹੋਇਆ ਸਪਸ਼ਟ ਵੀ ਜਿਹੜੀ ਇਹ ਸਿਟੀਜ਼ਨਸ਼ਿਪ ਦੀ ਫੀ ਆਪਾਂ ਵੇਵ ਕਰਨੀ ਆ ਵੀ ਇਹ ਪ੍ਰੋਮਿਸ ਵੀ ਪੂਰਾ ਕੀਤਾ ਜਾਵੇ। ਹੁਣ ਉਹ ਇਮੀਗ੍ਰੇਸ਼ਨ ਮਿਨਿਸਟਰ ਕਹਿੰਦੇ ਜੀ ਵੀ ਇੰਨਾ ਸੌਖਾ ਨੀ ਹੈਗਾ, ਇਹ ਕਾਫੀ ਕੰਪਲੀਕੇਟਡ ਆ ਕੰਮ। ਉਹ ਜਿੱਦਾਂ ਇੰਸ਼ੋਰੈਂਸ ਕਢਾਉਣ ਵਾਲੇ ਕਹੀ ਜਾਂਦੇ ਨਾ ਜੀ ਬਹੁਤ ਔਖਾ ਕੰਮ ਆ ਜੀ, ਇਹ ਫਾਈਲ ਬਹੁਤ ਵੱਡੀ ਆ, ਮਤਲਬ ਇਹ ਤੇ ਕੰਮ ਬਹੁਤ ਕਰਨਾ ਪੈਂਦਾ। ਇੱਦਾਂ ਇਹ ਵੀ ਫਾਈਲ ਪਤਾ ਨੀ ਕਿੱਡੀ ਕੁ ਵੱਡੀ ਆ ਵੀ ਜਿਹੜੀ ਸਿਟੀਜ਼ਨਸ਼ਿਪ ਦੀ ਫੀ ਮਾਫ ਕਰਨੀ ਆ। ਕਹਿੰਦੇ ਜੀ ਪੇਜ ਵਿੱਚ ਕੱਲਾ ਜਿਹੜਾ ਸਾਡਾ ਸਿਟੀਜ਼ਨਸ਼ਿਪ ਜਾਂ ਕਹਿ ਲਓ ਭਾਈ IRCC ਹੀ ਡਿਪਾਰਟਮੈਂਟ ਨਹੀਂ, ਇਹਦੇ ਵਿੱਚ ਸਾਨੂੰ ਫਾਈਨੈਂਸ ਡਿਪਾਰਟਮੈਂਟ ਜਿਹੜਾ ਜੀ ਵੀ ਉਹਨਾਂ ਤੋਂ ਵੀ ਅਪਰੂਵਲਾਂ ਕਿਉਂਕਿ ਉਹ ਬਜਟ ਦੇ ਵਿੱਚ ਪਾਉਣਾ ਪੈਂਦਾ। ਦੇਖੋ ਹਰ ਸਾਲ ਨਾ ਅਰਸ਼ 2.5 ਲੱਖ ਲੋਕ ਅਪਲਾਈ ਕਰਦੇ ਆ, ਤੁਸੀਂ 2.5 ਲੱਖ ਨੂੰ ਗੁਣਾ ਕਰ ਲੋ 630 ਤੇ ਕਿੱਡੀ ਰਕਮ ਬਣ ਜਾਂਦੀ ਆ। ਜਦੋਂ ਇਹ ਫੀ ਮਾਫ ਹੋਊਗੀ ਜਾਣੀ ਕਿ ਕਿੱਡਾ ਵੱਡਾ ਇਹ ਪੂਰਾ ਬਜਟ ਹਿੱਲਣ ਵਾਲੀ ਗੱਲ ਹੋ ਸਕਦੀ ਆ। ਉਸ ਲਿਹਾਜ਼ ਨਾਲ ਪ੍ਰੋਮਿਸ ਵੀ ਆਪਣੇ ਆਪ ਦੇ ਵਿੱਚ ਕੋਈ ਛੋਟਾ ਨਹੀਂ ਹੈਗਾ, ਪਰ ਗਾਂਹ ਤੋਂ ਬਾਅਦ ਲੋਕਾਂ ਨੇ ਸਿਟੀਜ਼ਨਸ਼ਿਪ ਅਜੇ ਹੋਰ ਅਪਲਾਈ ਕਰਨੀ ਆ। ਕੈਨੇਡਾ ਨੁਕਸ ਭਾਵੇਂ ਜਿੰਨੇ ਮਰਜ਼ੀ ਕੱਢੀਏ, ਪਰ ਅੱਜ ਵੀ ਦੁਨੀਆਂ 'ਚ ਐਸਾ ਮਾਣ ਮੱਤਾ ਦੇਸ਼ ਆ, ਕਿਸੇ ਹੋਰ ਦੇਸ਼ 'ਚ ਵਿਦੇਸ਼ਾਂ ਤੋਂ ਜਾ ਕੇ ਲੋਕ ਇੰਨੀ ਵੱਡੀ ਤਾਦਾਦ 'ਚ ਸਿਟੀਜ਼ਨਸ਼ਿਪ ਨਹੀਂ ਲੈਂਦੇ ਜਿੰਨੀ ਕੈਨੇਡਾ 'ਚ ਲੈਂਦੇ ਆ। 85% ਤੱਕ ਜਿਹੜੇ ਲੈਂਡਡ ਇਮੀਗ੍ਰਾਂਟ ਆ ਕੁਆਲੀਫਾਈ ਹੋਣ ਤੋਂ ਬਾਅਦ ਅਰਸ਼ ਆਪਣੀ ਉਹ ਜਿਹੜੀ ਕੈਨੇਡੀਅਨ ਸਿਟੀਜ਼ਨਸ਼ਿਪ ਲੈਂਦੇ ਨੇ ਕੈਨੇਡੀਅਨ ਬਣਦੇ ਆ ਜੀ। ਤੇ ਜਿਹੜਾ ਜੀ ਅਜੇ ਵੀ ਬੈਕਲੋਗ ਤਾਂ 4 ਲੱਖ ਦੇ ਕਰੀਬ ਅਰਜ਼ੀਆਂ ਦਾ ਹੈਗਾ ਸਿਟੀਜ਼ਨਸ਼ਿਪ ਦੀਆਂ ਦਾ, ਪਰ ਕੁੱਲ ਮਿਲਾ ਕੇ ਜਿਹੜੀਆਂ ਜੀ ਇਹ ਐਪਲੀਕੇਸ਼ਨ ਦੇ ਵਿੱਚ ਇਨਕਰੀਜ਼ ਆ ਜੇ ਹੋਰ 2024 ਤੱਕ ਮਤਲਬ 1.5 ਗੁਣਾ ਤੱਕ ਹੋ ਜਾਣ ਦੀ ਸੰਭਾਵਨਾ ਜੀ। ਸੋ ਵੱਡੀ ਲੋਕਾਂ ਦੀ ਦਿਲਚਸਪੀ ਹੈ। ਸੋ ਗਵਰਨਮੈਂਟ ਜਿਹੜੀ ਹੈ ਜੀ ਭਾਅ ਜੀ ਆਨਾਕਾਨੀ ਕਰ ਰਹੇ ਨੇ ਕਿ ਅਸੀਂ ਫੀ ਕਦੋਂ ਮਾਫ ਕਰ ਸਕਦੇ ਹਾਂ, ਸਿਟੀਜ਼ਨਸ਼ਿਪ ਦੀ ਕੋਈ ਤਰੀਕ ਨਹੀਂ ਤੈਅ ਰਹੀ। ਲੰਨਿਆ ਪਹਿਲੀ ਕਾਲ ਆਉਂਦੀ ਹੈ, ਜੋਸ ਸਾਹਿਬ ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਆਪਣੀ ਫੀਸ ਦੀ ਗੱਲ ਹੋ ਰਹੀ ਹੈ ਤੇ ਤੁਸੀਂ ਮਾਫ ਕਰਨ ਦੀ ਗੱਲ ਕਹਿ ਰਹੇ ਹੋ। ਮੈਂ ਚਾਹੁੰਦਾ ਵੀ ਫੀਸ $5,000 ਹੋਣੀ ਚਾਹੀਦੀ ਹੈ ਪਰ ਸਿਟੀਜ਼ਨਸ਼ਿਪ ਲੈਣ ਵਾਸਤੇ। ਉਹ ਕਿਉਂ? ਹੈਲੋ, ਹਾਂਜੀ, ਉਹ ਕਿਉਂ ਸਰ, $5,000 ਕਿਉਂ? ਦੇਖੋ ਜੀ, ਖਰਚਾ ਇੰਨਾ ਹੈਗਾ ਗੌਰਮੈਂਟ ਦਾ, ਇਹਦੇ ਉੱਪਰ ਜਿਹੜਾ ਖਰਚਾ ਉਹ ਦੇਖਿਆ ਜਾਵੇ, ਇਹ ਤਾਂ ਮੁਫ਼ਤ 'ਚ ਹੋ ਰਹੀ ਹੈ $620 ਤੇ ਨਾਲੇ ਜਿਹੜੀ ਸਿਟੀਜ਼ਨਸ਼ਿਪ ਹੈਗੀ ਹੈ ਬਹੁਤ ਛੇਤੀ ਮਿਲ ਜਾਂਦੀ ਹੈ ਤੇ ਜਿਹੜੇ ਨਵੇਂ ਸਿਟੀਜ਼ਨ ਬਣਦੇ ਨੇ ਲੋਕ ਇਹ ਬਹੁਤ ਡਿਮਾਂਡਾਂ ਰੱਖਦੇ ਨੇ ਗੌਰਮੈਂਟ ਨੂੰ ਖਰਾਬ ਕਰਨ ਨੂੰ। ਇਹ ਘੱਟ ਤੋਂ ਘੱਟ 10 ਸਾਲ ਬਾਅਦ ਮਿਲਣੀ ਚਾਹੀਦੀ ਹੈ ਸਿਟੀਜ਼ਨਸ਼ਿਪ। 10 ਸਾਲ ਬਾਅਦ ਤੁਹਾਨੂੰ ਮਿਲ ਗਈ ਹੈ ਜੀ? 10 ਸਾਲ ਬਾਅਦ ਨਹੀਂ, ਤੁਹਾਨੂੰ ਮਿਲ ਗਈ ਹੈ? ਮੈਂ ਤਾਂ ਹੁਣ ਲੈ ਕੇ ਉਹਦਾ ਕਦੇ ਯੂਜ਼ ਨਹੀਂ ਕੀਤਾ ਮੇਰੇ ਤੇ, ਮੈਂ ਤਾਂ $15 ਚ ਵੈਸੇ ਲਈ ਸੀ ਉਸ ਜ਼ਮਾਨੇ ਚ। ਤੇ ਤੁਸੀਂ ਕੀ ਯੂਜ਼ ਕਿਉਂ ਨਹੀਂ ਕਰ ਰਹੇ? ਤੁਸੀਂ ਇਸ ਮੁਲਕ ਦੇ ਵਿੱਚ ਫ੍ਰੀ ਹੈਲਥ ਕੇਅਰ ਸਿਸਟਮ ਤੁਹਾਨੂੰ ਮਿਲ ਰਿਹਾ ਜੀ, ਤੁਹਾਨੂੰ ਪੈਨਸ਼ਨਾਂ ਮਿਲ ਰਹੀਆਂ ਹੋਣਗੀਆਂ ਜੀ, ਤੁਸੀਂ ਤਾਂ ਲਿੱਤੀ ਹੈ ਨਾ ਸਰ। ਬਹੁਤ ਬਹੁਤ ਧੰਨਵਾਦ, ਧੰਨ ਹੋ ਯਾਰ ਕਾਲਰ, ਧੰਨ ਹੋ, ਧੰਨ ਸੱਚੇ ਪਾਤਸ਼ਾਹ, ਸੱਚੇ ਪਾਤਸ਼ਾਹ। ਦੇਖੋ ਅਰਸ਼ ਆਪਾਂ ਪ੍ਰੋਗਰਾਮ ਵਿੱਚ ਤੁਹਾਡਾ ਗੱਲ ਕਰਦੇ ਆ। ਆਈ ਐਮ ਵੈਰੀ ਸਰਪ੍ਰਾਈਜ਼ਡ ਆਲਸੋ, ਕੋਈ 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 ਆਈ ਡੋਨਟ ਨੋ, ਮੈਨੂੰ ਇਦਾਂ ਦੇ ਕਾਲਸ ਲੈਣੇ ਨਹੀਂ ਚਾਹੀਦੇ ਇਸ ਧਰਤੀ ਤੇ ਨਾ। ਅਸੀਂ ਕਹਿੰਦੇ ਜੀ ਕੈਨੇਡਾ ਸਵਰਗ ਹੈ, ਪੰਜਾਬ ਚ ਬੈਠੇ ਤਾਂ ਕਹਿੰਦੇ ਹੀ ਆ, ਇੱਥੇ ਆ ਕੇ ਨੁਕਸ ਲੱਭਦੇ ਆ ਜਦੋਂ ਪੈਰ ਲੱਗ ਜਾਂਦੇ ਆ।
ਹੁਣ ਸਵਰਗ ਦੇ ਵਿੱਚ ਆਪ ਵੜ ਕੇ ਕਹੀਏ ਵੀ ਹੁਣ ਬੂਹਾ ਢੋਲੋ, ਹੋਰ ਨਾ ਕੋਈ ਵੜ ਗਏ, ਦੈਟ ਇਜ਼ ਦ ਵਰਕ ਹਨਾ। ਵੀ ਦੇਖੋ ਜੇ ਸਾਡਾ ਆਉਣ ਨੂੰ ਦਿਲ ਕਰਦਾ ਉਹ ਹੋਰ ਨਾ ਭੈਣ ਭਰਾਵਾਂ ਦਾ ਵੀ ਕਰਦਾ। ਇਹ ਸਾਡੇ ਪੰਥ ਦੇ ਵਿੱਚ ਗੁਰੂ ਸਾਹਿਬ ਦੀ ਤੇ ਰਵਾਇਤ ਆ ਵੀ ਬਾਂਹ ਫੜਨੀ ਆ ਲੋੜਵੰਦ ਦੀ, ਨਾ ਕਿ ਉਹਨੂੰ ਧੱਕਾ ਬਾਹਰ ਨੂੰ ਦੇਣਾ ਵੀ ਮੈਂ ਸਵਰਗ ਤਾਂ ਤੂੰ ਨਰਕ 'ਚ ਹੀ ਰਹਿ, ਇੱਦਾਂ ਨਹੀਂ ਹੋ ਸਕਦਾ। ਸੋ ਦੂਸਰਾ ਇਹ ਆ ਜੀ ਵੀ ਤੁਸੀਂ ਫੀ 5,000 ਰੱਖ ਲਓ, ਤੁਸੀਂ ਫੀ 20,000 ਰੱਖ ਲਓ, ਗੱਲ ਵਿਸ਼ਾ ਤੇ ਉਹ ਹੈ ਹੀ ਨਹੀਂ ਹੈ। ਵਿਸ਼ਾ ਇਹ ਹੈ ਵੀ ਇਹਨਾਂ ਨੂੰ ਕਿਸੇ ਨੇ ਕਿਹਾ ਨੀ ਸੀ ਵੀ ਤੁਸੀਂ ਵਾਅਦਾ ਕਰੋ ਵੀ ਅਸੀਂ ਛੱਡਾਂਗੇ, ਇਹਨਾਂ ਨੇ ਇਲੈਕਸ਼ਨ ਚ ਆਪ ਪ੍ਰੋਮਿਸ ਕੀਤਾ ਸੀ ਵੀ ਅਸੀਂ ਇਹ ਫੀ ਛੱਡਾਂਗੇ, ਤੇ ਜੇ ਭਾਈ ਕੀਤਾ ਸੀ ਤੇ ਹੁਣ ਪੂਰਾ ਕਰੋ, ਗੱਲ ਤੇ ਸਿਰਫ ਇੰਨੀ ਹੈ। ਸੋ ਇਸ ਕਰਕੇ ਅਸੀਂ ਨਵੇਂ ਆ ਰਹੇ ਭੈਣ ਭਰਾਵਾਂ ਦੇ ਰਾਹਾਂ ਚ ਕੰਡੇ ਬਿਖੇਰਨ ਵਾਲੇ ਲੋਕ ਨਹੀਂ ਬਣਨਾ ਚਾਹੁੰਦੇ ਜੀ ਕੈਨੇਡੀਅਨ। ਬਿਲਕੁਲ ਬਿਲਕੁਲ ਬਿਲਕੁਲ, ਅਸੀਂ ਨਵੇਂ ਆ ਰਹੇ ਭੈਣ ਭਰਾਵਾਂ ਨੂੰ ਜੀ ਆਇਆਂ ਨੂੰ ਕਹਿਣਾ ਚਾਹੁੰਦੇ ਹਾਂ, ਸਾਡਾ ਦਿਲ ਕਰਦਾ ਸੀ ਹੋਰ ਕਿਸੇ ਦਾ ਕਰਦਾ ਉਹ ਵੀ ਆ ਜਾਣਾ ਚਾਹੀਦਾ, ਪਰ ਸ਼ਰਤ ਇੰਨੀ ਆ ਵੀ ਆ ਕੇ ਭਲ ਪਚਣੀ ਚਾਹੀਦੀ ਹੈ ਜੀ। ਬਿਲਕੁਲ ਬਿਲਕੁਲ, ਆ ਕੇ ਮਤਲਬ ਨੁਕਸ ਅੱਜ ਗੂਗਲ ਕਰਨ ਬਹੁਤ ਵੱਡਾ, ਗੂਗਲ ਸਭ ਕੁਝ ਗੂਗਲ ਕਰ ਸਕਦੇ ਹਾਂ, ਕੈਨੇਡਾ ਦੇ ਨੁਕਸ ਵੀ ਤੇ ਗੂਗਲ ਕਰ ਹੀ ਸਕਦੇ ਨਾ ਘਰੇ ਬਹਿ ਕੇ ਉੱਥੇ ਚੱਲਣ ਤੋਂ ਪਹਿਲਾਂ। ਉਹ ਪਹਿਲਾਂ ਆਪਣਾ ਭਰਾ ਬੁਰਾ ਵਿਚਾਰ ਕੇ ਜੇ ਆਏ ਹੋ ਜੇ ਆਈਆਂ ਹੋ ਫਿਰ ਕੰਟਰੀਬਿਊਟ ਕਰੋ, ਭਲ ਪਚਣੀ ਚਾਹੀਦੀ ਹੈ ਓਨੈਸਟੀ ਦੇ ਨਾਲ। ਜੇ ਸਕੇ ਠੱਗ ਠੱਗਣੀਆਂ ਚੋਰ ਚੋਰਨੀਆਂ LMI ਵੇਚਣੀਆਂ ਜੋਬ ਲੈਟਰਾਂ ਵੇਚਣੀਆਂ ਏਦਾਂ ਦੀਆਂ ਮਤਲਬ ਘਰੂਤਾਂ ਕਰਨੀਆਂ ਤੇ ਫਿਰ ਸਵਰਗ ਨੂੰ ਨਰਕ ਬਣਾਉਣ ਵਾਲੇ ਇਹੋ ਜਿਹੇ ਨਵੇਂ ਆ ਰਹੇ ਲੋਕਾਂ ਦੇ ਅਸੀਂ ਖਿਲਾਫ਼ ਹਾਂ, ਕੱਟੜ ਖਿਲਾਫ਼ ਹਾਂ ਜੀ। ਪਰ ਜਿਹੜੇ ਭੈਣ ਭਰਾ ਕੇ ਕੰਟਰੀਬਿਊਟ ਕਰ ਸਕਦੇ ਆ ਉਹਨਾਂ ਦੇ ਚਰਨਾਂ ਨੂੰ ਹੱਥ ਲਾਉਣੇ ਆ ਜੀ, ਆਉਣਾ ਚਾਹੀਦਾ ਉਹਨਾਂ ਨੂੰ, ਮਿਲਣੀ ਚਾਹੀਦੀ ਆ। ਬਿਲਕੁਲ, ਆਪਣਾ ਪ੍ਰੋਮਿਸ ਹੈ ਜੀ, ਉਹ ਪ੍ਰੋਮਿਸ ਉਹਨਾਂ ਨੂੰ ਪੂਰਾ ਕਰਨਾ ਪੈਣਾ ਜੀ। ਜੇ ਆਪਾਂ ਸਾਡੇ ਨਾਲ ਕਾਲਰਸ ਨੇ ਸੀ ਜਲ ਸਾਹਿਬ ਕਾਲ ਲੈ ਲੈਣੇ, ਪਰੰਤੂ ਜੇ ਕੰਟਰੀਬਿਊਸ਼ਨ ਦੀ ਗੱਲਬਾਤ ਕਰੀਏ ਪਹਿਲਾਂ ਤਾਂ ਬਿਕਰਮ ਸਿੰਘ ਢਿੱਲੋਂ ਸਾਡੇ ਨਾਮਵਾਰ ਇੱਥੋਂ ਦੇ ਬਿਜ਼ਨਸਮੈਨ, ਉੱਗੇ ਬਿਜ਼ਨਸਮੈਨ, BVD ਕਾਫੀ ਵਾਹ ਪਿਆ ਸਾਡੇ ਨਾਲ ਇਹਨਾਂ ਨਾਲ ਬਿਜ਼ਨਸ ਐਜ਼ ਰੀਅਲ ਸਟੇਟ ਦੇ ਵਿੱਚ ਵੀ। ਉਹਨਾਂ ਨੇ ਦੇਖੋ ਹੁਣ ਗੱਲ ਡੋਨੇਸ਼ਨ ਦੀ ਆਈ ਹੈ, $10 million, ਕੋਈ ਮੂੰਹ ਭਰ ਜਾਂਦਾ ਕਹਿਣ ਨੂੰ, $10 million ਵਿਲੀਅਮ ਆਸਰ ਹੈਲਥ ਸਿਸਟਮ ਐਂਡ ਵਿਲੀਅਮ ਆਸਰ ਹੈਲਥ ਫਾਊਂਡੇਸ਼ਨ ਨੂੰ ਉਹਨਾਂ ਨੇ ਦਿੱਤਾ ਜੀ, ਜੋ ਬ੍ਰੈਂਪਟਨ ਸਿਵਿਕ ਅਤੇ ਈਟੋਬੇਕੋ ਜਨਰਲ ਹਾਸਪਿਟਲ ਰਨ ਕਰਦੇ ਨੇ। ਹੁਣ ਇਹਨਾਂ ਇਹ ਵੀ ਆਏ ਸੀ ਸਿੱਖ ਸੁਪਨਾ ਲੈ ਕੇ, ਇਹਨਾਂ ਨੇ ਵੀ ਸਿਟੀਜ਼ਨਸ਼ਿਪ ਅਪਲਾਈ ਕੀਤੀ, ਇਹਨਾਂ ਨੇ ਵੀ ਬਹੁਤ ਵੱਡਾ ਦਿਲ ਖੋਲ ਕੇ ਡੋਨੇਸ਼ਨ ਦਿੱਤਾ ਜੋ ਸਾਹਿਬ। $10 million ਨੂੰ ਤਰਸ ਰਹੀਆਂ ਵੀ ਇੰਨੇ ਕੁ ਸਾਡੀ ਜ਼ਿੰਦਗੀ ਚ ਆ ਜਾਣ, ਇੰਨੇ ਹੀ ਬਹੁਤ ਆ। ਇਹਨਾਂ ਨੇ $10 million ਡੋਨੇਟ ਕਰ ਦਿੱਤੇ, ਉਹ ਵੀ 25-30 ਸਾਲ ਪਹਿਲਾਂ ਐਸ ਕੈਨੇਡਾ ਦੇਸ਼ ਚ ਆ ਕੇ, ਰਾਈਟ, ਆਪਣੇ ਬਿਜ਼ਨਸ ਪਹਿਲਾਂ ਚਲੋ ਸਟਰਗਲ ਸਾਰਿਆਂ ਦੀ ਕੀਤਾ ਜੋ ਸਰ, ਪੱਚੇ ਵੰਡੇ ਸਭ ਕੁਛ ਕੀਤਾ, ਪਰ ਗੈਸ ਸਟੇਸ਼ਨ ਖਰੀਦਿਆ, ਉਸ ਤੋਂ ਬਾਅਦ ਟਰੱਕ ਸਟਾਪਸ ਇਹਨਾਂ ਦੇ ਮਤਲਬ ਦਰਜਨ ਤੋਂ ਜ਼ਿਆਦਾ ਹੈਗੇ ਜੀ। ਬਿਲਕੁਲ ਬਿਲਕੁਲ, ਮਤਲਬ ਪੂਰਾ ਸ਼ਾਨੋ ਸ਼ੌਕਤ ਵਾਲਾ BVD ਜਿਹੜਾ ਇਹ ਗਰੁੱਪ ਆ, ਹੁਣ ਆਮ ਬੰਦੇ ਦਾ ਜੇ $10 ਦੇਣ ਲੱਗਿਆ ਹੱਥ ਹਿੱਲਦਾ ਤੇ ਇਹਨਾਂ ਨੇ $10 million ਛੱਡ ਦਿੱਤਾ ਹਾਂਜੀ। ਸੋ ਇਸ ਕਰਕੇ ਇਸ ਸੰਸਾਰ ਦੇ ਵਿੱਚ ਜੋ ਦਿੰਦੇ ਆ ਜੀ ਉਹ ਵਾਪਸ ਆਉਂਦਾ, ਇਹਨਾਂ ਨੇ ਇਹ ਕਰਨ ਦਾ ਫੈਸਲਾ ਕੀਤਾ ਹੈ ਜੀ। ਤੇ ਉਹੀ ਆ ਜੀ ਅਰਸ਼, ਵੈਸੇ ਜਿਹੜੇ ਵਿਲੀਅਮ ਆਸਲਰ ਹੈਲਥ ਸਿਸਟਮ ਆ ਜਿਹੜੇ ਕਿ ਈਟੋਬੀਕੋ ਬ੍ਰੈਂਪਟਨ ਦੇ ਵਿੱਚ ਹਾਸਪਿਟਲ ਚਲਾਉਂਦੇ ਆ, ਕਿਉਂਕਿ ਸਾਨੂੰ ਪਤਾ ਵੀ ਇਹਨਾਂ ਦੇ ਨਾਲ ਅਸੀਂ ਅੱਜ 4 ਸਾਲ ਆਪਾਂ ਸਟਰਗਲ ਕਰਦੇ ਰਹੇ ਤੇ ਗੁਰੂ ਨਾਨਕ ਦੇਵ ਜੀ ਦੇ ਸਾਈਨ ਦਾ ਅਪਮਾਨ ਹੋ ਰਿਹਾ ਸੀ ਬ੍ਰੈਂਪਟਨ ਹਾਸਪਿਟਲ ਜੀ ਜੀ ਜੀ, 4 ਸਾਲਾਂ ਦੀ ਸਟਰਗਲ ਤੋਂ ਬਾਅਦ ਸਾਈਨ ਇਹਨਾਂ ਨੇ ਠੀਕ ਕੀਤਾ। ਸੋ ਜਿਸ ਕਰਕੇ ਇਹਨਾਂ ਦੇ ਕੰਮ ਕਰਨ ਦਾ ਸਿਸਟਮ ਥੋੜਾ ਜਿਹਾ ਸਾਨੂੰ ਸਮਝ ਆਇਆ ਉਸ ਸਟਰਗਲ ਦੇ ਦੌਰਾਨ। ਸੋ ਤਦ ਕਰਕੇ ਅਜੇ ਵੀ ਉਸੇ ਹੀ ਫਾਊਂਡੇਸ਼ਨ ਨੂੰ, ਉਸੇ ਹੀ ਹੈਲਥ ਸਿਸਟਮ ਨੂੰ ਇਹਨਾਂ ਨੇ $10 million ਵਿਕਰਮ ਸਿੰਘ ਢਿੱਲੋਂ ਇਹਨਾਂ ਦੀ ਫੈਮਿਲੀ ਨੇ ਦਿੱਤਾ ਹੈ ਜੀ। ਕਮਿਊਨਿਟੀ ਵਾਸਤੇ ਬੜੀ ਗੁੱਡ ਨਿਊਜ਼ ਆ ਜੀ, ਉਹਨਾਂ ਨੂੰ ਵੀ ਧੰਨਵਾਦ ਉਹਨਾਂ ਦਾ ਕਿ ਏਡਾ ਵੱਡਾ ਜਿਗਰਾ ਉਹਨਾਂ ਨੇ ਦਿਖਾਇਆ ਜੀ। ਵਿਅਕਤੀ ਨੂੰ 10 ਪੈਸੇ ਦੇਣ ਤੇ ਕਈ ਵਾਰੀ ਉਹਨੂੰ ਪੁੱਠਾ ਸਿੱਧਾ ਕਰਕੇ ਦੇਖਿਆ ਜਾਂਦਾ ਵੀ ਕਿੱਦਾਂ ਕਰਾਂ। ਬਿਲਕੁਲ ਜੋ ਤਾਂ ਸਾਨੂੰ 2 ਕਾਲਾਂ ਨੇ, ਫਿਰ ਆਪਾਂ ਵਾਈਂਡ ਅਪ ਕਰਦੇ ਹਾਂ। ਅੱਜ ਤੁਹਾਨੂੰ ਪਤਾ ਕਿ ਮੇਲੇ, 2 ਵੱਡੇ ਮੇਲੇ ਸਾਡੇ ਸ਼ਹਿਰ ਦੇ ਵਿੱਚ ਹੋਣ ਜਾ ਰਹੇ ਨੇ, ਉਹਨਾਂ ਦੇ ਕਲਾਕਾਰਾਂ ਦੇ ਨਾਲ ਵੀ ਸਵਾਗਤ ਕਰਨ ਨਾਲ ਉਹਨੂੰ ਆਪਾਂ, ਪਰੰਤੂ ਲਾਸਟ 2 ਕਾਲਸ ਲੈ ਲਈ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਜਿਹੜੀ ਇਮੀਗ੍ਰੈਂਟ ਇਮੀਗ੍ਰੇਸ਼ਨ ਦੇ ਖਿਲਾਫ਼ ਨਹੀਂ ਹੈਗਾ, ਮੈਂ ਕਹਿੰਦਾ ਜਿੰਨੇ ਮਰਜ਼ੀ ਇਮੀਗ੍ਰੈਂਟ ਆਉਣ, ਪਰ ਮੇਰੀ ਸਿਟੀਜ਼ਨਸ਼ਿਪ ਦੀ ਕਿਹਾ ਸੀ ਮੈਂ 10 ਸਾਲ ਹੋਣੀ ਚਾਹੀਦੀ ਹੈ ਜੀ। ਬਾਕੀ ਜਿਹੜੇ ਜੋਹਲ ਸਾਹਿਬ ਨੇ ਸਿਰਫ ਪੰਜਾਬੀਆਂ ਨੂੰ ਮੁੱਖ ਰੱਖ ਕੇ ਗੱਲ ਕਰਦੇ ਨੇ, ਇਹ ਸਾਰੇ ਵਰਲਡ ਦੇ ਇਮੀਗ੍ਰੈਂਟ ਆਉਂਦੇ ਨੇ ਇੱਥੇ, ਸਾਰੇ ਵਰਲਡ ਦੇ ਇਮੀਗ੍ਰੈਂਟ ਜਿਹੜੇ ਆ ਸਿਟੀਜ਼ਨਸ਼ਿਪ। ਜੋਹਲ ਸਾਹਿਬ ਨੇ ਤਾਂ ਪੰਜਾਬੀ ਨਾਂ ਲਿੱਤਾ ਨਹੀਂ, ਉਹਨਾਂ ਨੇ ਕਿਹਾ ਕਿ ਸਾਰਿਆਂ ਨੂੰ ਵੈਲਕਮ ਹੈ ਜੀ, ਪੰਜਾਬੀ ਦਾ ਨਾਂ ਲਿੱਤਾ ਨਹੀਂ, ਨਾ ਕੋਈ ਐਥਨੀਸਿਟੀ ਦਾ ਨਾਮ ਲਿੱਤਾ। ਪਲੀਜ਼ ਸਰ, ਆਈ ਡੋਂਟ, ਦਿਸ ਇਜ਼ ਅ ਵੇਸਟ ਆਫ ਟਾਈਮ। ਕੋਈ ਕਿਸੇ, ਕੋਈ ਜੋਹਲ ਸਾਹਿਬ ਨੇ ਕੋਈ ਪੰਜਾਬੀ ਹਿੰਦੂ ਮੁਸਲਿਮ ਸਿੱਖ ਕੋਈ ਏਦਾਂ ਦਾ ਲਫ਼ਜ਼ ਦਾ ਬੋਲਿਆ ਨੀ, ਹੁਣ ਤੁਹਾਨੂੰ ਲੱਗਦੀ ਹੈ ਗੱਲ ਇਹ ਤੁਹਾਡੇ ਤੇ ਆ। ਵੈਸੇ ਤੇ ਪੁਰਾਣੇ ਆਏ ਸਰਦਾਰ ਜੀ, ਅਸੀਂ ਤੁਹਾਡੇ ਚਰਨਾਂ ਨੂੰ ਅਖਲਾਉਣ, ਤੁਸੀਂ ਸੀਨੀਅਰ ਹੋ, ਵੱਡੇ ਹੋ, ਤੁਹਾਨੂੰ ਕੁਝ ਕਹਿ ਨਹੀਂ ਸਕਦੇ, ਆਬਜੈਕਟ ਨਹੀਂ ਕਰ ਸਕਦੇ, ਕਿਉਂਕਿ ਤੁਸੀਂ ਵੱਡੇ ਹੋ, ਸਾਡੇ ਪਿਤਾ ਦੀ ਉਮਰ ਦੇ ਹੋਵੋਗੇ ਜੀ ਜੀ ਜੀ। ਬਸ ਸਟਿਲ ਜਾਣੀ ਕਿ ਦੇਖੋ
ਕੈਨੇਡਾ ਦਾ ਦਰਵਾਜ਼ਾ ਸਦਾ ਸਾਰਿਆਂ ਵਾਸਤੇ ਖੁੱਲਾ ਰਿਹਾ ਜਦੋਂ ਤੋਂ ਖੁੱਲਾ ਆਪਾਂ ਪਹਿਲਾਂ ਜੋ ਕੀਤੀਆਂ ਗਲਤੀਆਂ ਤੇ ਮਾਫੀਆਂ ਮੰਗਦੇ ਆ ਨਾ ਹੁਣ ਜਦੋਂ ਕੋ ਇਹਨਾਂ ਨੇ ਜਾਣੀ ਕੇ ਖੋਲਿਆ ਫਿਰ ਇਹ ਨਹੀਂ ਕੀਤਾ ਵੀ ਗੋਰਿਆਂ ਦੇ ਦੇਸ਼ ਚੋਂ ਜ਼ਿਆਦੇ ਆ ਜਾਣ ਪਹਿਲਾਂ ਟਰਾਈਆਂ ਕਰਦੇ ਰਹੇ ਪਰ ਨਹੀਂ ਜਦੋਂ ਆਏ ਤੇ ਫਿਰ ਉਹਨਾਂ ਨੇ ਸਾਰੀ ਦੁਨੀਆਂ ਵਾਸਤੇ ਬਰਾਬਰ ਦਰਵਾਜ਼ੇ ਖੋਲੇ ਹੋਏ ਆ ਸੋ ਇਹ ਨਹੀਂ ਅਸੀਂ ਕਹਿੰਦੇ ਕਿ ਕੋਈ ਫਲਾਨਾ ਇੱਕ ਕਮਿਊਨਿਟੀ ਜ਼ਿਆਦੀ ਆ ਜਾਏ ਦੂਜੇ ਪਿੱਛੇ ਰਹਿ ਜਾਣ ਇਹ ਸਵਰਗ ਤੇ ਨਰਕ ਦੇ ਵਿੱਚ ਜਾਤਾਂ ਰੰਗਾਂ ਦੇ ਲਿਹਾਜ਼ ਨਾਲ ਨਹੀਂ ਕਰਮ ਦੇ ਲਿਹਾਜ਼ ਨਾਲ ਵਿਅਕਤੀਆਂ ਦਾ ਆਉਣਾ ਜਾਣਾ ਹੁੰਦਾ ਇਸ ਕਰਕੇ ਜੇ ਸਾਨੂੰ ਆਪਣੇ ਘਰਾਂ ਚ ਬੈਠੇ ਹਾਂ ਉੱਥੇ ਪੰਜਾਬ ਦੇ ਵਿੱਚ ਇਹ ਸਵਰਗ ਲੱਗਦਾ ਇੱਥੇ ਆ ਕੇ ਨਰਕ ਨਹੀਂ ਲੱਗਣਾ ਚਾਹੀਦਾ ਉਸ ਦਰਵਾਜ਼ੇ ਸਾਰਿਆਂ ਵਾਸਤੇ ਜੇ ਸਾਡੇ ਵਾਸਤੇ ਖੁੱਲੇ ਸੀ ਅਸੀਂ ਅਰਦਾਸ ਕਰਦੇ ਹਾਂ ਵੀ ਇੱਕ ਸਾਰੀ ਹਿਊਮੈਨਿਟੀ ਵਾਸਤੇ ਖੁੱਲੇ ਰਹਿਣ ਸਾਰੇ ਲੋਕਾਂ ਵਾਸਤੇ ਸਾਰੀਆਂ ਕਮਿਊਨਿਟੀਜ਼ ਵਾਸਤੇ ਪੰਜਾਬੀਆਂ ਵਾਸਤੇ ਵੀ ਆਪਾਂ ਵੀ ਉਹਨਾਂ ਦੇ ਵਿੱਚ ਹੀ ਹਾਂ ਜੀ ਜਿਹਦਾ ਫਿਰ ਦਮ ਹੈ ਉਹ ਆ ਸਕਦਾ ਆ ਜਾਏ ਵੈਲਕਮ ਜੀ ਜੋਲ ਸਾਹਿਬ ਅਸੀਂ ਲਾਸਟ ਕਾਲਸ ਲੈਂਦੇ ਹਾਂ ਜੋ ਆਪਾਂ ਵਾਈਂਡ ਅਪ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅਰਸ਼ਦ ਤੇ ਜੋਲ ਸਾਹਿਬ ਜੀ ਸਤਿ ਸ਼੍ਰੀ ਅਕਾਲ ਸਰ ਨੇ ਇੱਕ ਹਾਸੇ ਵਾਲੀ ਗੱਲ ਹੀ ਹੈ ਉਦੋਂ ਤਾਂ ਇਹ ਇੱਕ ਵਾਰ ਨਾ 2-3 ਸਾਲ ਪਹਿਲਾਂ ਇੱਕ ਲੇਡੀ ਆਈ ਲੇਡੀ ਉੱਥੇ ਕਹਿੰਦੀ ਜੀ ਇੱਥੇ ਐਮਪੀਪੀਆਂ ਦੀਆਂ ਇੰਨੀਆਂ ਪੀ ਜਿਹੜੇ ਆ ਇਹਨਾਂ ਦਾ ਕੰਮ ਕੀ ਆ ਇਹ ਤਨਖਾਹਾਂ ਇੰਨੀਆਂ ਕਿਉਂ ਦਿੰਦੇ ਆ ਮੈਨੂੰ ਬੜਾ ਹਾਸਾ ਆਇਆ ਮੈਂ ਫੋਨ ਲਾ ਰਿਹਾ ਨਾ ਮੈਂ ਕਿਹਾ ਵੀ ਇਹਨਾਂ ਭੈਣ ਜੀ ਨੂੰ ਚਾਹੀਦਾ ਸੀਗਾ ਵੀ ਜਦੋਂ ਵੀਜ਼ਾ ਲਿਆ ਸੀ ਨਾ ਪਹਿਲਾਂ ਕੈਨੇਡੀਅਨ ਐਮਬੈਸੀ ਜਾ ਕੇ ਕਹਿੰਦੇ ਵੀ ਤੁਹਾਡੀ ਐਮ ਪੀ ਐਸ ਤਨਖਾਹਾਂ ਕਿੰਨੀਆਂ ਉਹ ਪਹਿਲਾਂ ਦਿਖਾਓ ਵੀ ਜੇ ਜ਼ਿਆਦਾ ਹੈ ਫ੍ਰੀ ਮੈਂ ਜਾਣਾ ਤਨਖਾਹ ਘਟਾਓ ਤਾਂ ਜਾਊਂਗੀ ਆਪਣੇ ਜਵਾਹਰ ਸਾਹਿਬ ਆਪਣੀ ਮੈਂਟੈਲਿਟੀ ਆ ਆਪਾਂ ਨਾ ਬੰਦਾ ਆਪ ਤਾਂ ਦਿਖਾਉਂਦੇ ਬਚ ਕਹਿੰਦੇ ਇਮੀਗ੍ਰੇਸ਼ਨ ਤਾਂ ਇਹਨਾਂ ਦੇ ਰੋਂਗ ਹੈ ਬੰਦ ਕਰਨੀ ਚਾਹੀਦੀ ਇੰਨੇ ਧੜਾ ਧੜ ਬੰਦੇ ਕਿਉਂ ਸੱਦੀ ਜਾਂਦੇ ਆ ਮਿਲ ਕਿਉਂ ਸੱਦੀ ਜਾਂਦੇ ਆ ਜੀ ਇਹ ਆਪਣੀ ਮੈਂਟੈਲਿਟੀ ਆ ਇਹਨੂੰ ਆਪਾਂ ਚੇਂਜ ਨਹੀਂ ਕਰ ਸਕਦੇ ਥੈਂਕ ਯੂ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ ਜੀ ਯੈਸ ਅਰਸ਼ ਤਰ੍ਹਾਂ ਤਰ੍ਹਾਂ ਦਾ ਦੇਖੋ ਆਪਾਂ ਸੰਕੀਰਨ ਦੇਖੋ ਕਹਿੰਦੇ ਨਾ ਵੀ ਪਹਿਲਾਂ ਵਿਅਕਤੀ ਆਉਂਦਾ ਉਹ ਬੜਾ ਲਿਬਰਲ ਹੁੰਦਾ ਜੀ ਜਦੋਂ 5-7-20 ਸਾਲ ਲੰਘ ਜਾਂਦੇ ਫਿਰ ਹੌਲੀ ਹੌਲੀ ਕੰਜ਼ਰਵੇਟਿਵ ਹੋਣਾ ਸ਼ੁਰੂ ਹੋ ਜਾਂਦਾ ਬਿਲਕੁਲ ਤੋ ਇਸ ਕਰਕੇ ਇਹ ਆ ਜੀ ਵੀ ਮਤਲਬ ਜਿਹੜੇ ਫਸਟ ਜਨਰੇਸ਼ਨ ਦੇ ਲੋਕ ਆਏ ਹੋ ਨਾ ਜੀ ਉਹ ਵੀ ਉਹਨਾਂ ਨੂੰ ਤੇ ਉਹਨਾਂ ਤਰਾਸਦੀਆਂ ਦੁਸ਼ਵਾਰੀਆਂ ਮੁਸ਼ਕਲਾਂ ਦਾ ਪਤਾ ਕਿੱਦਾਂ ਮਨੁੱਖਤਾ ਉੱਥੇ ਹੰਢਾ ਰਹੀ ਆ ਜਨਮੇ ਲੋਕਾਂ ਨੂੰ ਨੈਕਸਟ ਜਨਰੇਸ਼ਨ ਨੂੰ ਨਹੀਂ ਬਹੁਤਾ ਪਤਾ ਹੋ ਸਕਦਾ ਘੱਟੋ ਘੱਟ ਅਸੀਂ ਤਾਂ ਕੰਡੇ ਬੀਜਣ ਵਾਲੀ ਗੱਲ ਨਾ ਕਰੀਏ ਨਵੇਂ ਭੈਣ ਭਰਾ ਜਿਹੜੇ ਆਉਣਾ ਚਾਹੁੰਦੇ ਆ ਜੀ ਬਿਲਕੁਲ ਆਉਣਾ ਚਾਹੁੰਦੇ ਸਾਰੇ ਆ ਸਾਰੀਆਂ ਆ ਪਰ ਅਸੀਂ ਦਿਲੋਂ ਵੈਲਕਮ ਉਹਨਾਂ ਦਾ ਹੀ ਕਰਦੇ ਹਾਂ ਜਿਹਨਾਂ ਨੇ ਆ ਕੇ ਕੰਟਰੀਬਿਊਟ ਕਰਨਾ ਨਾ ਕਿ ਚੁਰੁੰਡਣਾ ਜੀ ਚੁਰੁੰਡਣ ਵਾਲੇ ਤੇ ਵਾਲੀਆਂ ਦੇ ਅਸੀਂ ਸਖ਼ਤ ਵਿਰੋਧੀ ਹਾਂ ਪਰ ਜਿਹੜੇ ਭੈਣ ਭਰਾ ਕੰਟਰੀਬਿਊਟ ਕਰਨ ਵਾਲੇ ਹਰ ਦੇਸ਼ ਹਰ ਘਰ ਨੂੰ ਲੋੜ ਹੁੰਦੀ ਆ ਜੀ ਇਹਨਾਂ ਨੂੰ ਵੀ ਲੋੜ ਆ ਜੀ ਵੈਲਕਮ ਕਿਹਾ ਜਾ ਰਿਹਾ ਸੋ ਜਿਹੜਾ ਭੈਣ ਭਰਾ ਆਪਣੀ ਮਿਹਨਤ ਦੇ ਨਾਲ ਇਸ ਮੁਲਕ ਦੇ ਵਿੱਚ ਆਪਣਾ ਆਪ ਬੈਟਰ ਇਸ ਤਰ੍ਹਾਂ ਹੀ ਕਹਿ ਰਹੇ ਸੀ ਵੀ ਜਿਹੜਾ ਭੈਣ ਭਰਾ ਇਮਾਨਦਾਰੀ ਦੇ ਨਾਲ ਇੱਥੇ ਆ ਕੇ ਕੰਟਰੀਬਿਊਟ ਕਰਨਾ ਚਾਹੁੰਦਾ ਉਹਨਾਂ ਦਾ ਵੈਲਕਮ ਕੀਤਾ ਜਾਵੇ ਉਹਨਾਂ ਲਈ ਦਰਵਾਜ਼ੇ ਬੰਦ ਨਾ ਕੀਤੇ ਜਾਣ ਇਸ ਦੇਸ਼ ਨੂੰ ਵੀ ਬੜੀ ਲੋੜ ਆ ਹਰ ਘਰ ਨੂੰ ਲੋੜ ਹੁੰਦੀ ਆ ਓਨੈਸਟ ਬੰਦੇ ਦੀ ਪਰ ਜਿਹੜੇ ਲੋਕਾਂ ਦਾ ਤਾਂ ਕਿਹਾ ਵੀ ਅਸੀਂ ਨਹਾ ਧੋ ਕੇ ਪਹੁੰਚ ਕੇ ਤੇ ਚੁਰੁੰਡਣਾ ਆ ਉਹਨਾਂ ਦਾ ਸਖ਼ਤ ਵਿਰੋਧ ਆ ਜੀ ਸੋ ਚੁਰੁੰਡਣ ਵਾਲੇ ਤੇ ਵਾਲੀਆਂ ਦਾ ਸਖ਼ਤ ਵਿਰੋਧ ਆ ਉਹਨਾਂ ਨੂੰ ਇੱਥੇ ਮਤਲਬ ਆਪਣਾ ਸੋਚ ਵਿਚਾਰ ਕੇ ਪਰ ਦੂਸਰੇ ਜਿਹੜੇ ਭੈਣ ਭਰਾ ਆ ਰਹੇ ਆ ਉਹਨਾਂ ਦਾ ਅਸੀਂ ਵੈਲਕਮ ਕਰਨਾ ਚਾਹੁੰਦੇ ਆ ਦਰਵਾਜ਼ੇ ਖੁੱਲਾ ਰੱਖਣਾ ਚਾਹੁੰਦੇ ਆ ਸੋ ਉਸ ਲਿਹਾਜ਼ ਨਾਲ ਆਪਾਂ ਘੱਟੋ ਘੱਟ ਜਿਹੜੇ ਉਹ ਲੋਕ ਫਸਟ ਜਨਰੇਸ਼ਨ ਦੇ ਆਏ ਹੋਏ ਆ ਕੰਡੇ ਬੀਜਣ ਵਾਲਿਆਂ ਚ ਨਾ ਹੋਈਏ ਉਹ ਸਹਾਇਤਾ ਕਰਨ ਵਾਲਿਆਂ ਚ ਹੋਈਏ ਲੋੜਵੰਦਾਂ ਦੀ ਬਾਂਹ ਫੜਨ ਵਾਲਿਆਂ ਚ ਹੋਈਏ ਨਾ ਕਿ ਇੱਥੇ ਆ ਕੇ ਬਿਜ਼ਨਸ ਸਥਾਪਿਤ ਕਰਕੇ ਨਵੇਂ ਭੈਣ ਭਰਾਵਾਂ ਨੂੰ ਅਸੀਂ ਲੁੱਟਣਾ ਸ਼ੁਰੂ ਕਰ ਦਈਏ ਚੋਰ ਚੋਰਨੀਆਂ ਠੱਗ ਠੱਗਣੀਆਂ ਬਣੀਏ ਜੀ ਜੋਤ ਸਾਹਿਬ ਦੈਟਸ ਨਾਟ ਦਾ ਵੇ ਓਕੇ ਜੀ ਬਹੁਤ ਬਹੁਤ ਧੰਨਵਾਦ ਜੋਤ ਸਾਹਿਬ ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ